फिल्म कैरी ऑन जट्टा नूं लैके हिंदू संगठनां दे विच रोस देखण नूं मिलदा है, जिस नूं लैके हिंदू संगठनां ने थाणा सराबा नगर विखे शिकायत दित्ती। इस दौरान हिंदू संगठन दे आगू राजन पंडित ने कहा कि यह फिल्म हवन यग करदे समय पानी दियां बाल्टियां नाल हवन नूं विधान दे दिखाया गया, जो सीधे तौर पर हिंदू भावनावां नूं ठेस पहुँचाउण वाली गल है। अते होर इस तो ना की कुछ कहा, एक बार तुसी भी जरूर सुनो। जनहितैषी टीआरपी नहीं खरीदते, भरोसा जीते हैं हम। ਭਾਜੀ ਅੱਜ ਸਰਪੰਚ ਨਗਰ ਥਾਣੇ ਆਏ ਹੋ, ਕੀ ਵਜ੍ਹਾ? ਅੱਜ ਅਸੀਂ ਸਮੂਹ ਸਨਾਤਨ ਸਮਾਜ ਵੱਲੋਂ ਸਰਵ ਬ੍ਰਾਹਮਣ ਪਰਿਸ਼ਦ ਦੀ ਅਧਿਅਕਸ਼ਤਾ 'ਚ ਸਾਡੇ ਅਧਿਅਕਸ਼ ਪੰਡਿਤ ਅਜੇ ਵਿਸ਼ਿਸ਼ਟ ਜੀ ਨਾਲ ਨੇ ਸਰਾਬਾ ਨਗਰ ਥਾਣੇ 'ਚ ਆਏ ਹਾਂ। ਕੈਰੀ ਔਨ ਜੱਟਾ 3 ਨਾਮਕ ਇੱਕ ਪਿਕਚਰ ਆਈ ਹੈ, ਜਿਹਦੇ 'ਚ ਕੁਝ ਐਸੇ ਦ੍ਰਿਸ਼ ਨੇ ਜਿਹੜੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਆਹਤ ਕਰਦੇ ਨੇ। ਉਹਦੇ 'ਚ ਹਵਨ ਯੱਗ ਕਰਦਾ ਇੱਕ ਬ੍ਰਾਹਮਣ ਨੂੰ, ਪੰਡਿਤ ਜੀ ਨੂੰ ਦਿਖਾਇਆ ਗਿਆ, ਔਰ ਉਹਦੇ 'ਤੇ ਬਾਲਟੀਆਂ ਭਰ ਭਰ ਕੇ ਪਾਣੀ ਪਾ ਕੇ ਹਵਨ ਦੀ ਅਗਨੀ ਨੂੰ ਠੰਡਾ ਕੀਤਾ ਗਿਆ। ਪੰਡਿਤ ਜੀ ਦਾ ਅਪਮਾਨ ਕੀਤਾ ਗਿਆ, ਹਵਨ ਦਾ ਅਪਮਾਨ ਕੀਤਾ ਗਿਆ। ਬਹੁਤ ਹੀ ਬੜਾ ਬੇਅਦਬੀ ਭਰਿਆ ਇਹ ਦ੍ਰਿਸ਼ ਸੀਗਾ, ਜਿਹਨੇ ਸਾਰੇ ਸਮਾਜ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ। ਇਸ ਤੋਂ ਇਲਾਵਾ ਇਹ ਜਿਹੜੀ ਫਿਲਮ ਹੈ, ਇਹਦੇ ਜਿਹੜੇ ਡਾਇਲੋਗ ਹੈ ਉਹ ਸਾਰੇ ਸਮਾਜਿਕ ਤਾਣੇ ਬਾਣੇ ਨੂੰ ਹੀ ਖਰਾਬ ਕਰ ਰਹੇ ਆ। ਉਹ ਆਪਣੀ ਮਾਂ ਬਾਰੇ ਕੋਈ ਗਲਤ ਬੋਲ ਰਿਹਾ, ਕੋਈ ਭੈਣ ਬਾਰੇ, ਕੋਈ ਆਪਣੀ ਘਰਵਾਲੀ ਬਾਰੇ। 10 ਸਾਲ ਦੇ ਛੋਟੇ ਬੱਚੇ ਤੋਂ ਆਪਣੀ ਮਾਂ ਬਾਰੇ ਅਸ਼ਲੀਲ ਡਾਇਲੋਗ ਬੁਲਵਾਏ ਹੋਏ ਆ ਨਾ, ਤਾਂ ਇਹ ਬੱਚਿਆਂ ਨਾਲ ਜਾਂ ਮਾਵਾਂ ਭੈਣਾਂ ਨਾਲ ਜਾ ਕੇ ਦੇਖਣ ਵਾਲੀ ਫਿਲਮ ਹੈ, ਸਮਾਜ ਨੂੰ ਵੀ ਖਰਾਬ ਕਰ ਰਹੀ ਹੈ। ਔਰ ਜਿਹੜਾ ਇਹਨਾਂ ਨੇ ਹਵਨ ਕੁੰਡ ਦਾ ਸੀਨ ਪਾ ਕੇ ਉਹਦੇ 'ਚ ਪਾਣੀ ਪਾ ਕੇ ਧਾਰਮਿਕ ਭਾਵਨਾ ਆਹਤ ਕੀਤੀਆਂ, ਸਾਰਾ ਹੀ ਸਮਾਜ ਇਹਨਾਂ ਦੇ ਅਗੇਂਸਟ ਚੱਲ ਰਿਹਾ। ਅਸੀਂ ਅੱਜ ਇੱਕ ਕੰਪਲੇਂਟ ਕਰ ਦਿੱਤੀ ਹੈ ਸਰਾਬਾ ਨਗਰ ਥਾਣੇ ਦੇ ਵਿੱਚ। ਹੁਣ ਅਸੀਂ ਪ੍ਰਸ਼ਾਸਨ ਤੋਂ ਚਾਹੁੰਦੇ ਹਾਂ ਕਿ ਇਹਨਾਂ 'ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ, ਤਾਂ ਕਿ ਮੁੜ ਕੇ ਦੁਬਾਰਾ ਜੇ ਕੋਈ ਇਸ ਤਰ੍ਹਾਂ ਦੇ ਫਿਲਮਾਂ ਬਣਾਉਣ ਵਾਲੇ ਪ੍ਰੋਡਿਊਸਰ ਨੇ, ਡਾਇਰੈਕਟਰ ਨੇ, ਐਕਟਰ ਨੇ, ਇੱਥੇ ਤੱਕ ਕਿ ਜਿਹੜੇ ਜਿਹੜੇ ਹਾਲ 'ਚ, ਸਿਨੇਮਿਆਂ 'ਚ, ਮਾਲ 'ਚ ਫਿਲਮਾਂ ਲੱਗਦੀਆਂ, ਉਹਨਾਂ ਨੂੰ ਵੀ ਇਹ ਚੇਤਾਵਨੀ ਹੈ ਕਿ ਇਹੋ ਜਿਹੀਆਂ ਫਿਲਮਾਂ ਤੋਂ ਬਚੋ। ਜੇ ਸਮਾਜ ਹੀ ਤੁਹਾਡੇ ਨਾਲ ਨਹੀਂ ਰਹੇਗਾ ਤਾਂ ਫਿਰ ਤੁਹਾਡਾ ਇਸ ਕੰਮਕਾਰ ਦਾ ਕੋਈ ਫਾਇਦਾ ਨਹੀਂ। ਜੀ ਹਰ ਹਰ ਮਹਾਦੇਵ ਜੀ। ਇਹ ਜੀ ਬਹੁਤ ਮੰਦਭਾਗੀ ਇੱਕ ਚੀਜ਼ ਹਰਕਤ ਹੋ ਗਈ ਹੈ ਸਾਡੇ ਧਰਮ ਦੇ ਖਿਲਾਫ। ਸਾਡੇ ਪਵਿੱਤਰ ਹਵਨ ਕੁੰਡ ਦੇ ਵਿੱਚ ਪਾਣੀ ਪਾ ਕੇ ਉਹਨੂੰ ਬੁਝਾ ਤਾ ਅਗਨੀ ਨੂੰ। ਬੀਤੇ ਟਾਈਮ ਵਿੱਚ ਰਾਕਸ਼ਸ ਇਸ ਤਰ੍ਹਾਂ ਕਰਿਆ ਕਰਦੇ ਸੀਗੇ, ਸਾਡੇ ਹਵਨ ਕੁੰਡ ਵਿੱਚ ਹੱਡੀਆਂ ਮਾਸ ਪਾਉਂਦੇ ਸੀਗੇ। ਅੱਜ ਕੱਲ੍ਹ ਦੇ ਤਥਾ ਕਥਿਤ ਇਹ ਵੀ ਰਾਕਸ਼ਸ ਨੇ, ਇਹਨਾਂ ਨੂੰ ਅਸੀਂ ਸ਼ਿਕਾਇਤ ਦੇ ਦਿੱਤੀ ਹੈ ਇਹਨਾਂ ਦੇ ਬਾਰੇ। ਹੁਣ ਅਸੀਂ ਬਹੁਤ ਧਰਨੇ ਪ੍ਰਦਰਸ਼ਨ ਕਰ ਲਏ, ਬੜੇ ਮੋਰਚੇ ਲਗਾ ਲਏ, ਹੁਣ ਇਹਨਾਂ ਨੂੰ ਅਸੀਂ ਬਕਾਇਦਾ ਕਾਨੂੰਨ ਦੇ ਹਿਸਾਬ ਦੇ ਨਾਲ ਅਦਾਲਤ ਵਿੱਚ ਜਾ ਕੇ ਲੜਾਈ ਲੜਾਂਗੇ। ਔਰ ਸਾਨੂੰ ਪਤਾ ਹੈ ਕਾਨੂੰਨ ਦੇ ਅਨੁਸਾਰ ਅਸੀਂ ਸਹੀ ਹੈ, ਇਹਨਾਂ ਉੱਪਰ ਅਪਰਾਧਿਕ ਮਾਮਲਾ ਬੰਦ ਹੈ ਇੱਥੇ, ਨਹੀਂ ਤਾਂ ਕੋਰਟ ਦੇ ਵਿੱਚ ਇਹਨਾਂ ਨੂੰ ਸਜ਼ਾ ਤਾਂ ਮਿਲ ਕੇ ਰਹੇਗੀ। ਅਸੀਂ ਛੱਡਣਾ ਤਾਂ ਹੈ ਨਹੀਂ ਗਾ। ਜੈ ਸ਼੍ਰੀ ਰਾਮ ਜੀ। ਮੈਂ ਸਨਾਤਨ ਧਰਮ ਗੁਰੂ ਪੰਡਿਤ ਅਜੇ ਵਿਸ਼ਿਸ਼ਟ। ਬਹੁਤ ਹੀ ਮਨ ਨੂੰ ਇੱਕ ਦਰਦ ਹੋ ਰਿਹਾ ਕੈਰੀ ਔਨ ਜੱਟਾ 3 ਦੇ ਵਿੱਚ, ਸਨਾਤਨ ਧਰਮ ਨੂੰ ਲੈ ਕੇ, ਸਾਡੇ ਹਿੰਦੂਆਂ ਨੂੰ ਲੈ ਕੇ ਉੱਥੇ ਸਾਡੇ ਹਵਨ ਦਾ ਅਪਮਾਨ ਹੋਇਆ। ਮੈਂ ਤਾਂ ਕਹੂੰਗਾ ਲਾਹਨਤ ਹੈ ਜਿਹੜੇ ਬੰਦੇ ਨੇ ਫਿਲਮ ਬਣਾਈ ਹੈ, ਡਾਇਰੈਕਟਰ ਨੂੰ, ਡਾਇਰੈਕਟਰ ਨੂੰ ਕੀ ਉਹਨਾਂ ਦੇ ਮਾਂ ਪਿਓ ਨੂੰ ਲਾਹਨਤ ਹੈ ਜਿਨ੍ਹਾਂ ਨੇ ਇੱਦਾਂ ਦੀ ਫਿਲਮ ਬਣਾਈ ਹੈਗੀ ਆ। ਲਾਹਨਤ ਹੈ ਉਹ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਇੱਦਾਂ ਦੇ ਬੱਚੇ ਜੰਮੇ ਆ। ਅਸੀਂ ਕੰਪਲੇਂਟ ਦੇ ਦਿੱਤੀ ਹੈ ਸਾਰੇ ਸਨਾਤਨ ਸਮਾਜ ਨੇ, ਬੜੀ ਜਲਦੀ ਲੀਗਲ ਕਾਰਵਾਈ ਕਰਾਂਗੇ ਔਰ ਸਾਰੀ ਟੀਮ ਨੂੰ ਕੋਰਟ ਦੇ ਵਿੱਚ ਘਸੀਟਾਂਗੇ। ਜੈ ਸ਼੍ਰੀ ਰਾਮ।